ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਸੈਕਿੰਡ ਵਾਲੇ ਸੈਗਮੈਂਟ ਦੇ ਵਿੱਚ ਦੂਸਰਾ ਇਸ਼ੂ ਇਹ ਸੀ ਕਿ ਚੀਨ ਕਸ਼ਮੀਰ ਮੁੱਦੇ 'ਤੇ ਐਵੇਂ ਟਾਲ ਮਟੋਲ ਕਰ ਰਿਹਾ ਹੈ, ਰਲਵੇਂ ਮਿਲਵੇਂ ਇਸ਼ਾਰਿਆਂ ਦਾ ਕੀ ਮਤਲਬ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਡਿਸਕਸ ਕੀਤੇ, ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ। ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮੱਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ ਮੋਹਨ ਭਾਗਵਤ ਜਿਹੜਾ ਨਾਜ਼ੀ ਤਰਜ ਦੀ ਆਰਐਸਐਸ ਦਾ ਚੀਫ ਹੈ, ਉਹਨੇ ਨਾਗਪੁਰ 'ਚ ਦੁਸਹਿਰੇ ਦੇ ਮੌਕੇ ਹਿੰਦੂ ਰਾਸ਼ਟਰ ਦੇ ਨਾਂ ਆਪਣੇ ਮੈਸੇਜ ਦੇ ਵਿੱਚ ਪਬਲਿਕ ਰੈਲੀ 'ਚ ਉਹਨੇ ਐਡਰੈਸ ਕੀਤਾ, ਲੱਖਾਂ ਲੋਕ ਇਕੱਠੇ ਕਰਕੇ। ਉਹਨੇ ਕਿਹਾ ਜੀ, ਇਹ ਲਿੰਚਿੰਗ ਲਫਜ਼ ਜਿਹੜਾ ਹੈ ਇਹ ਬਾਹਰਲੀ ਰਿਲੀਜੀਅਸ ਟੈਕਸਟ 'ਚੋਂ ਆਇਆ, ਯਾਨੀ ਬਾਈਬਲ 'ਚੋਂ ਆਇਆ, ਇਹਦਾ ਕੋਈ ਇੰਡੀਆ ਨਾਲ ਸੰਬੰਧ ਨਹੀਂ, ਅਸੀਂ ਤਾਂ ਸਾਰੇ ਭਰਾਤਰੀ ਭਾਵ 'ਚ ਯਕੀਨ ਰੱਖਦੇ। ਔਰ ਜ਼ਾਹਰ ਹੈ ਕਿ ਇਸ ਤੋਂ ਪਹਿਲਾਂ ਕਿ ਕਿਵੇਂ 45 ਪਰਸਨੈਲਿਟੀਜ਼ ਨੇ ਜਿਨ੍ਹਾਂ ਨੇ ਓਪਨ ਲੈਟਰ, ਜਿਨ੍ਹਾਂ 'ਚ ਉਹਨਾਂ ਦੀਆਂ ਪ੍ਰੋਮੀਨੈਂਟ ਫਿਲਮੀ ਦੁਨੀਆ ਦੀਆਂ ਔਰ ਅਦਬ ਔਰ ਦੂਸਰੇ ਫੀਲਡਸ ਦੀਆਂ ਪਰਸਨੈਲਿਟੀਜ਼ ਸੀ, ਉਹਨਾਂ ਨੇ ਲਿਖਿਆ ਮੋਦੀ ਨੂੰ ਓਪਨ ਲੈਟਰ ਕਿ ਵੀ ਇਹ ਤੁਸੀਂ ਇਹ ਲਿੰਚਿੰਗ ਦਲਿਤ ਦੀ, ਮੁਸਲਮਾਨਾਂ ਦੀ, ਈਸਾਈਆਂ ਦੀ ਹੋ ਰਹੀ ਹੈ, ਇਹਨੂੰ ਰੋਕਣ ਦੇ ਲਈ ਕੁਛ ਕਰੋ, ਇਹ ਇੰਡੀਅਨ ਡੈਮੋਕ੍ਰੇਸੀ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੀ ਹੈ। ਔਰ ਆਪਣੇ ਇੱਕ ਫੀਲੇ ਨੂੰ ਖੜਾ ਕਰਕੇ ਯੂਪੀ ਦੇ ਵਿੱਚ ਉਹਨਾਂ ਨੇ ਉਹਨਾਂ ਸਾਰਿਆਂ ਦੇ ਖਿਲਾਫ ਹੀ ਜਿਹੜਾ ਰਾਜ ਧਰੋਹ ਜਾਂ ਦੇਸ਼ ਧਰੋਹ, ਜਿਹਨੂੰ ਸੈਡੀਸ਼ਨ ਕਹਿੰਦੇ ਨੇ ਕਿ ਵਤਨ ਨਾਲ ਗੱਦਾਰੀ, ਉਹ ਕੇਸ ਰਜਿਸਟਰ ਕਰ ਦਿੱਤਾ ਸਾਰਿਆਂ ਦੇ ਖਿਲਾਫ। ਪਰ ਮੈਂ ਸਮਝਦਾ ਵੀ ਜਿੱਥੇ ਅਸੀਂ ਬਹਾਦਰ ਆਵਾਜ਼ਾਂ ਨੂੰ, ਬਹਾਦਰ ਕਲਮਾਂ ਨੂੰ, ਬਹਾਦਰ ਜਿਹੜੇ ਐਕਟੀਵਿਸਟ ਨੇ ਉਹਨਾਂ ਨੂੰ ਹਮੇਸ਼ਾ ਹੀ ਸਲੂਟ ਕਰਦੇ, ਉਹਨਾਂ ਦਾ ਸੰਬੰਧ ਭਾਵੇਂ ਕਿਸੇ ਵੀ ਮਜ਼ਹਬ ਨਾਲ ਹੋਏ। ਸੋ ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਇਸ ਕਿਸਮ ਦਾ ਐਕਸਟ੍ਰੀਮ ਹਿੰਦੂ ਕਰੰਟ, ਹਿੰਦੂ ਤਵੀ ਕਰੰਟ, ਜਿਹਦੇ ਸਾਹਮਣੇ ਮੀਡੀਆ ਤਾਂ ਪਹਿਲੀ ਸਟੇਜ 'ਤੇ ਹੀ, ਜਿਹਨਾਂ ਬਾਰੇ ਅਡਵਾਨੀ ਨੇ ਹੀ ਖੁਦ ਐਮਰਜੈਂਸੀ ਦੇ ਹਵਾਲੇ ਨਾਲ ਕਿਹਾ ਸੀ ਕਿ ਦੇ ਵਰ ਆਸ ਟੂ ਬੈਂਡ ਦੇ ਸਟਾਰਟਡ ਕਰੋਲਿੰਗ, ਕਿ ਉਹਨਾਂ ਨੂੰ ਝੁਕਣ ਨੂੰ ਕਿਹਾ ਸੀ, ਉਹ ਤਾਂ ਰੀਂਗਣ ਲੱਗ ਗਏ। ਸੋ ਉਹ ਤਾਂ ਗਿਆ ਹੀ ਗਿਆ। ਉਹ ਜਦੋਂ ਤੁਸੀਂ ਦੇਖਦੇ ਹੋ ਉੱਥੇ ਕੀ ਹਾਲ ਚੱਲ ਰਿਹਾ, ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ, ਔਰ ਸਾਰੇ ਹੀ ਜਿਹੜੇ ਨੇ ਦੇ ਹੈਵ ਫਾਲਨ ਇਨ ਲਾਈਨ, ਜਿਹਨੂੰ ਕਹਿੰਦੇ ਵੀ ਇੱਕ ਲਾਈਨ 'ਚ ਸਾਰੇ ਲੱਗੇ ਹੋਏ ਨੇ, ਲੇਕਿਨ ਉਹ ਬਹਾਦਰ ਆਵਾਜ਼ਾਂ ਵੀ, ਔਰ ਅੱਜ ਖਬਰ ਹੈ ਕਿ ਮੋਰ ਆਫ ਅਸ ਵਿਲ ਸਪੀਕ ਓਵਰ 1,300 ਸੈਲੀਬ੍ਰਿਟੀਜ਼ ਐਂਡੋਰਸ ਓਪਨ ਲੈਟਰ ਟੂ ਪ੍ਰਾਈਮ ਮਿਨਿਸਟਰ। ਹੁਣ ਜਿਹਨਾਂ 45 ਦੇ ਖਿਲਾਫ ਦੇਸ਼ ਧਰੋਹ ਦਾ ਉਹਨਾਂ ਨੇ ਕੀਤਾ, ਹੋਰ 1,300 ਤੋਂ ਜ਼ਿਆਦਾ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਉਹਨਾਂ ਦੇ ਹੱਕ 'ਚ ਆਏ ਨੇ। ਨੰਬਰ ਆਫ ਸੈਲੀਬ੍ਰਿਟੀਜ਼ ਐਂਡ ਨੋਟਡ ਪਰਸਨੈਲਿਟੀਜ਼ ਐਂਡੋਰਸਿੰਗ ਦਾ ਓਪਨ ਲੈਟਰ ਟੂ ਪ੍ਰਾਈਮ ਮਿਨਿਸਟਰ ਮੋਦੀ ਅਗੇਂਸਟ ਮੋਬ ਲਿੰਚਿੰਗਸ ਇਜ਼ ਓਨਲੀ ਰਾਈਜ਼ਿੰਗ ਵਿਦ ਦਾ ਟੈਲੀ ਨਾਓ ਕਰੋਸਿੰਗ 1,389 ਅਕੋਰਡਿੰਗ ਟੂ ਲੇਟੈਸਟ ਸਟੇਟਮੈਂਟ ਬਾਈ ਕੇ ਸੱਚਦਾਨੰਦ ਐਂਡ ਗੀਤਾ ਹਰੀਹਰਨ। ਔਰ ਇਹ ਜਿਹੜੀ ਲੇਟੈਸਟ ਸਿਗਨੇਟਰੀਜ਼ ਨੇ ਉਹਨਾਂ ਦੇ ਵਿੱਚ ਅਰੁਣ ਧਾਤੀ ਰੋਏ ਹੈ, ਪ੍ਰਤਾਪ ਭਾਨੂ ਮਹਿਤ ਹੈ, ਅਸਗਰ ਵਜਾਹਤ ਹੈ, ਪੰਕਜ ਬਿਸ਼ਦ ਹੈ, ਆਰਟਿਸਟ ਅਤੁਲ ਦੋਦੀਆ, ਪੁਸ਼ਪਮਾਲ ਹੈ, ਅਨੀਤਾ ਦੁਬੇ ਹੈ, ਸੁਦਰਸ਼ਨ ਸ਼ੈਟੀ ਹੈ, ਐਕਡੈਮਿਕ ਡੀ ਐਨ ਝਾ, ਉਤਸਵ ਪਟਨਾਇਕ, ਜਰਨਲਿਸਟ ਹਰੀਸ਼ ਖਾਰੇ, ਬਹੁਤ ਜਿਹੜਾ ਅੱਛਾ ਹੈ ਜਰਨਲਿਸਟ ਹੈ, ਪ੍ਰਾਥਵੀ ਮੈਨਨ ਐਂਡ ਟੀ ਕੇ ਰਾਜ ਲਕਸ਼ਮੀ ਐਂਡ ਅਦਰਸ ਫਰੋਮ ਦਾ ਕਲਚਰਲ ਕਮਿਊਨਿਟੀ ਸੱਚ ਐਜ਼ ਸੰਜਨਾ ਕਪੂਰ ਐਂਡ ਜਵਾਹਰ ਸਰਕਾਰ। ਔਰ ਇਹ ਸਾਰੇ ਇਹਨਾਂ ਤੋਂ ਪਹਿਲਾਂ ਪਰਸਨੈਲਿਟੀਜ਼ ਪਹਿਲਾਂ ਹੀ ਨਸੀਰੁਦੀਨ ਸ਼ਾਹ, ਡਾਂਸਰ ਮਲਕਾ ਸਾਰਾਬਾਈ, ਔਥਰ ਨੈਨ ਤਾਰਾ ਸਹਿਗਲ, ਇਹ ਅੱਛੀ ਨਾਵਲਿਸਟ ਹੈ, ਹਿਸਟੋਰੀਅਨ ਰੋਮਿਲਾ ਥਾਪਰ, ਸਿੰਗਰ ਟੀ ਐਮ ਕ੍ਰਿਸ਼ਨਾ ਐਂਡ ਆਰਟਿਸਟ ਵਿਵਾਨ ਸੁੰਦਰਮ ਹੈਡ ਜੁਆਇੰਟ ਦਾ ਲਿਸਟ ਇਨ ਸਪੋਰਟ ਆਫ ਓਪਨ ਲੈਟਰ। ਸੋ ਮੈਂ ਸਮਝਦਾ ਵੀ ਇਹ ਜਿਹੜਾ ਇਸ ਕਿਸਮ ਦਾ ਕਰੇਜ ਹੁੰਦਾ ਹੈ, ਬਿਲਕੁਲ, ਇਹ ਕਿਸੇ ਸੁਸਾਇਟੀ ਨੂੰ ਡਿਸਟਰੋਏ ਹੋਣ ਤੋਂ ਕਈ ਵਾਰੀ ਸੇਵ ਵੀ ਕਰ ਲੈਂਦਾ।
ਜੇ 1300 ਬੰਦਾ ਜਿਹਨਾਂ ਦੇ ਵਿੱਚ ਡਿਸਟਿੰਗੁਇਸ਼ ਲੋਕ ਨੇ ਉਹ ਖਲੋ ਗਏ ਨੇ ਕਿ ਬਣਾਓ ਜੀ ਸਾਨੂੰ ਵੀ ਦੇਸ਼ ਧਰੋਹੀ ਬਣਾਓ। ਔਰ ਇਸ ਸਾਰੇ 'ਚ ਈਵਨ ਜਿਹੜੀ ਕਮਿਊਨਿਸਟ ਪਾਰਟੀ ਆ ਮਾਰਕਸਿਸ ਉਹਨੇ ਬਿਆਨ ਦਿੱਤਾ ਦਿਸ ਇਜ਼ ਟੈਂਟਾਮਾਊਟ ਟੂ ਪਨਿਸ਼ਿੰਗ ਆਲ ਦੋਜ਼ ਇਸ ਐਡੀਸ਼ਨ ਕੇਸ ਦੇ ਉੱਤੇ ਦੋਜ਼ ਹੂ ਹੈਵ ਏ ਡਾਈਸੈਂਟਿੰਗ ਓਪੀਨੀਅਨ ਔਨ ਦਾ ਪੋਲਿਸੀਜ਼ ਆਫ ਪ੍ਰੈਜੈਂਟ ਗਵਰਨਮੈਂਟ ਦਿਸ ਇਜ਼ ਕੰਪਲੀਟ ਨੈਗੇਸ਼ਨ ਆਫ ਡੈਮੋਕਰੈਟਿਕ ਰਾਈਟਸ ਐਂਡ ਰਿਫਲੈਕਟਸ ਦਾ ਗਰੋਇੰਗ ਅਥੋਰੀਟੇਰੀਨਿਜ਼ਮ ਇਨ ਦਾ ਕੰਟਰੀ ਕਿ ਇਹ ਜਿਹੜੀ ਤਾਨਾਸ਼ਾਹੀ ਹੈ ਉਸ ਦੇ ਅੱਗੇ ਵਧਣ ਦਾ ਕਿ ਉਹੀ ਤਾਨਾਸ਼ਾਹ ਫਾਸ਼ਿਜ਼ਮ ਆ ਰਿਹਾ। ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਮਮਤਾ ਬੈਨਰਜੀ ਨੇ ਹੋਰ ਵੀ ਬਾਜ਼ੀ ਮਾਰੀ ਹੈ। ਬੇਸ਼ੱਕ ਕਈ ਵਾਰ ਉਹ ਲੱਗਦਾ ਹੈ ਕਿ ਵੀ ਥੋੜ੍ਹੀ ਬਹੁਤ ਸੌਫਟ ਵੀ ਹੋਈ ਹੈ ਜਦੋਂ ਦਾ ਮੋਦੀ ਹੁਣ ਦੁਬਾਰਾ ਜਿੱਤਿਆ ਉਹ ਜਿਹੜਾ ਕੇਜਰੀਵਾਲ ਉਹ ਵੀ ਟਰੰਪ ਵਾਂਗੂ ਟਵੀਟ 'ਤੇ ਹੀ ਬੈਠਾ ਹੁੰਦਾ ਸੀ ਲਿਖਣ ਦਾ ਉਹਦੀ ਤੁਹਾਨੂੰ ਇੱਕ ਵੀ ਲਿਖਤ ਮੋਦੀ ਦੇ ਖਿਲਾਫ਼ ਨਹੀਂ ਮਿਲਦੀ। ਇਵੇਂ ਲੱਗਦਾ ਵੀ ਜਿਵੇਂ ਸਾਰੇ ਰਲੇ ਹੋਏ ਸੀ ਹਰ ਇੱਕ ਨੇ ਉਨਾ ਕੁ ਆਪਣਾ ਕੰਮ ਕਰ ਦਿੱਤਾ ਪਰ ਜਿਹੜਾ ਪ੍ਰੈਕਟੀਕਲ ਗੱਲ ਹੁੰਦੀ ਹੈ ਚਲੋ ਐਕਡੈਮਿਸ਼ੀਅਨਸ ਨੇ ਦੂਜਿਆਂ ਨੇ ਵਿਚਾਰੇ ਲੈਜਿਸਲੇਚਰ ਤਾਂ ਨਹੀਂ ਨੇ ਉਹਨਾਂ ਨੇ ਤਾਂ ਉਹ ਬਿਆਨ ਹੀ ਦੇ ਸਕਦੇ ਨੇ ਕਿ ਚਲੋ ਦੇਸ਼ ਧਰੋਹ ਬਣਾਉਣਾ ਬਣਾ ਦਿਓ। ਲੇਕਿਨ ਮਮਤਾ ਬੈਨਰਜੀ ਨੇ ਅੱਜ ਜਿਹੜਾ ਲਿਆ ਔਰ ਅਜੇ ਪਾਸ ਹੋਣਾ ਇੱਕ ਦੋ ਦਿਨਾਂ 'ਚ ਬੰਗਾਲ ਸਰਕਾਰ ਨੇ ਐਂਟਾਈ ਮੋਬ ਲਿੰਚਿੰਗ ਬਿੱਲ ਤਿਆਰ ਕੀਤਾ ਜਿਹੜਾ ਮੋਬ ਲਿੰਚਿੰਗ ਦੇ ਵਿੱਚ ਚਾਰਜ ਹੋਏਗਾ ਫੜਿਆ ਜਾਏਗਾ ਲਾਈਫ ਇੰਪ੍ਰਿਜ਼ਨਮੈਂਟ ਉਮਰ ਭਰ ਦੀ ਕੈਦ 5 ਲੱਖ ਰੁਪਏ ਦਾ ਜੁਰਮਾਨਾ। ਮੈਂ ਸਮਝਦਾ ਇਹ ਹੈ ਸਟੈਪ ਬਿਲਕੁਲ ਜਦੋਂ ਕੋਈ ਹਕੂਮਤ ਕੁਛ ਕਰਨ 'ਤੇ ਆਉਂਦੀ ਹੈ ਔਰ ਇਹ ਕ੍ਰੈਡਿਟ ਜਾਂਦਾ ਅਸੀਂ ਜਦੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਗੱਲ ਕਰਦੇ ਹੁਣ ਬੰਗਾਲੀ ਜਿਹੜਾ ਹੈ ਜਦੋਂ ਕਰਾਊਡ ਦੇ ਵਿੱਚ ਹੁੰਦਾ ਉਹ ਬਹੁਤ ਮੈਨਿਕ ਹੁੰਦਾ ਬਹੁਤ ਪਾਗਲ ਹੁੰਦਾ ਲੇਕਿਨ ਨਵੰਬਰ 84 'ਚ ਬੰਗਾਲ ਦੇ ਵਿੱਚ ਛੁੱਟ-ਪੁੱਟ ਘਟਨਾਵਾਂ ਇੱਕ ਦੋ ਨੂੰ ਛੱਡ ਕੇ ਕਲਕੱਤੇ ਤੋਂ ਲੈ ਕੇ ਸਾਰੇ ਬੰਗਾਲ 'ਚ ਕਿਸੇ ਸਿੱਖ ਵੱਲ ਕਿਸੇ ਨੇ ਝਾਕਿਆ ਨਹੀਂ ਹੈ। ਕਿਉਂ? ਕਿਉਂਕਿ ਜੋਤੀ ਬਾਸੂ ਦੀ ਹਕੂਮਤ ਸੀ ਬੇਸ਼ੱਕ ਉਹ CPIM ਦਾ ਸੀ ਪਰ ਉਹ ਸਮਝਦਾ ਸੀ ਕਿ ਵੀ ਇਹ ਜਿਹੜਾ ਸਟੇਟ ਦਾ ਇਹ ਫਰਜ਼ ਹੈ ਕਿ ਉਹ ਪ੍ਰੋਟੈਕਸ਼ਨ ਦੇ ਆਪਣੇ ਸ਼ਹਿਰੀਆਂ ਨੂੰ। ਸੋ ਜੇ ਸਿੱਖ ਬਚੇ ਬੰਗਾਲ ਦੇ ਵਿੱਚ ਉਸ ਵੇਲੇ ਸਟੇਟ ਦਾ ਨਹੀਂ ਤਾਂ ਕਲਕੱਤੇ 'ਚ ਜਿਸ ਕਿਸਮ ਦੀ ਤਬਾਹੀ ਉਹ ਕਰ ਸਕਦੇ ਸੀ ਬੰਗਾਲੀ ਕਰਾਊਡਸ ਜਿਵੇਂ ਉੱਥੇ ਕਾਂਗਰਸ ਦੇ ਉਹਨੇ ਹਿੱਲਣ ਨਹੀਂ ਦਿੱਤਾ। ਔਰ ਅਸੀਂ ਸਮਝਦੇ ਹਾਂ ਵੀ ਹੁਣ ਮਮਤਾ ਬੈਨਰਜੀ ਲਗਭਗ 30% ਪਾਪੂਲੇਸ਼ਨ ਬੰਗਾਲ 'ਚ ਮੁਸਲਮਾਨਾਂ ਦੀ ਹੈ ਭਾਰਤ 'ਚ ਸਭ ਤੋਂ ਜ਼ਿਆਦਾ ਪਰਸੈਂਟੇਜ ਵਾਈਜ਼ ਮੁਸਲਮਾਨ ਆਸਾਮ 'ਚ ਨੇ 40% ਦੇ ਨੇੜੇ ਸੀ ਉਹ ਤਾਂ 2 ਮਿਲੀਅਨ ਵੈਸੇ ਡੀਫਰੈਂਚਾਈਜ਼ ਕਰਤੇ ਉਹ ਤਾਂ ਉਹਨਾਂ ਨੇ ਉਹਨਾਂ ਨੂੰ ਹੋਰ ਨੂੰ ਵੀ ਕਰ ਦੇਣਾ ਡੀਫਰੈਂਚਾਈਜ਼ ਪਰ ਘੱਟੋ ਘੱਟ ਇਹ ਜਿਹੜਾ ਫੈਸਲਾ ਹੈ ਵੈਸਟ ਬੰਗਾਲ ਸਰਕਾਰ ਦਾ ਉਹਨਾਂ ਨੇ ਐਂਟਾਈ ਲਿੰਚਿੰਗ ਬਿੱਲ ਦਾ ਤਿਆਰ ਕਰ ਲਿਆ ਜਿਹਦੇ 'ਚ ਕਿ ਜਿਹੜਾ ਵੀ ਇਹਦੇ 'ਚ ਹੋਏਗਾ ਮੁਨਵਸ ਉਹਨੂੰ ਉਮਰ ਕੈਦ 5 ਲੱਖ ਰੁਪਏ ਦਾ ਜੁਰਮਾਨਾ ਔਰ ਜਿਹੜੇ ਪੀੜਿਤ ਹੋਣਗੇ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਅਤੇ ਮੈਡੀਕਲ ਫੈਸਿਲਿਟੀ। ਔਰ ਇਸ ਨੂੰ ਵੈਸਟ ਬੰਗਾਲ ਪ੍ਰੀਵੈਂਸ਼ਨ ਆਫ ਲਿੰਚਿੰਗ ਬਿੱਲ 2019 ਇਹਦਾ ਨਾਂ ਦਿੱਤਾ ਗਿਆ ਜਿਹਨੂੰ ਸਟੇਟ ਦੇ ਕੋਆਰਡੀਨੇਟਰ ਦੇ ਨਾਲ ਨਾਲ IG ਰੈਂਕ ਅਤੇ ਨੋਡਲ ਆਫਿਸਰ ਇਹ ਸਾਰੇ ਨੇ ਇਹ ਵੀ ਨਾਲ ਅਪੁਆਇੰਟ ਕੀਤੇ ਜਾਣਗੇ। ਸੋ ਇਹ ਸ਼ੁੱਕਰਵਾਰ ਨੂੰ ਇਹ ਬਿੱਲ ਪੇਸ਼ ਕੀਤਾ ਜਾਣਾ ਤਾਂ ਕਿ ਹਰ ਬਿਨਾਂ ਕੋਈ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਆਜ਼ਾਦ ਸ਼ਹਿਰੀ ਦੇ ਤੌਰ 'ਤੇ ਆਪਣੇ ਬੇਸਿਕ ਸਿਵਲ ਰਾਈਟਸ ਨੂੰ ਉਹ ਜਿਹੜਾ ਉਹਨੂੰ ਐਕਸਰਸਾਈਜ਼ ਕਰ ਸਕੇ। ਇਹ ਨਹੀਂ ਹੈ ਕਿ ਮੌਬ ਰੋਕ ਰਹੀ ਹੈ ਜਿਵੇਂ ਹਰਿਆਣੇ 'ਚ ਹੋਇਆ ਇੱਕ ਕਪਲ ਜਿਨ੍ਹਾਂ ਦੀ ਭੈਣ ਵੀ ਨਾਲ ਹੈ ਦੂਜੀ ਵੀ ਹੈ ਉਹ ਅੱਡੇ 'ਤੇ ਖੜ੍ਹੇ ਬੱਸ ਡੀਕ ਰਹੇ ਨੇ ਦੋ ਸ਼ਰਾਬੀ ਹਿੰਦੂ ਆ ਕੇ ਉਹਨਾਂ ਨੂੰ ਪਹਿਲਾਂ ਜ਼ਲੀਲ ਕਰਦੇ ਨੇ ਔਰਤਾਂ ਨੂੰ ਨੈਗੇਟਿਵ ਗੱਲਾਂ ਕਰਦੇ ਨੇ ਫਿਰ ਉਹਨਾਂ ਨੂੰ ਕਹਿੰਦੇ ਨੇ ਬਾਹਾਂ ਖੜੀਆਂ ਕਰਕੇ
ਜੈ ਸ਼੍ਰੀ ਰਾਮ ਕਹੋ ਔਰ ਜਦੋਂ ਨਹੀਂ ਹੈ ਫਿਰ ਉਹ ਅੱਧ ਨੰਗੇ ਹੋ ਜਾਂਦੇ ਨੇ ਉਹਨਾਂ ਔਰਤਾਂ ਦੇ ਸਾਹਮਣੇ। ਹੁਣ ਉਹ ਜਿਹੜੇ ਵਿਚਾਰੇ ਨੇ ਉਹ ਕਹਿੰਦੇ ਸੀ ਚੱਲੇ ਤਾਂ ਵਿਆਹ ਤੇ ਸੀ ਸਾਡਾ ਤਾਂ ਸਾਰਾ, ਹਾਲਾਂ ਇੱਕ ਫੌਜੀ ਉੱਥੇ ਆਉਂਦਾ ਜਿਹੜਾ ਹਿੰਦੂ ਹੈ ਉਹਨਾਂ ਨੂੰ ਚੈਲੰਜ ਕਰਦਾ ਫੜਦਾ ਵੀ ਹੈ, ਲੇਕਿਨ ਇਹ ਦੱਸ ਰਿਹਾ ਵੀ ਉੱਥੇ ਮਾਹੌਲ ਕਿਵੇਂ ਔਰ ਜੋ ਖੌਫ ਪੈਦਾ ਕਰ ਦਿੱਤਾ ਉਹਨਾਂ ਨੇ ਉਹਦੇ ਥੱਲੇ ਕਿਸੇ ਹੋਰ ਦੀ ਸਰਵਾਈਵਲ ਜਿਹੜੀ ਹੈ ਉਹ ਸੌਖੀ ਨਹੀਂ ਹੈ। ਸੋ ਮੈਂ ਹੁਣ ਚਾਹਾਂਗਾ ਕਿ ਅੱਜ ਵੀ ਬਹੁਤ ਸਾਰੇ ਮੈਸੇਜ ਨੇ ਜੀ ਸ਼ੇਅਰ ਕਰੋ। ਸਰਦਾਰ ਅਜੀ ਜੀ ਸਾਨੂੰ ਲੱਗਦੇ ਨੇ ਆਈ ਫੀਲ ਸੈਡ ਵੈਨ ਆਈ ਹੀਅਰਡ ਦਿਸ ਨਿਊਜ਼ ਫਰੋਮ 84 ਟੀਵੀ ਹੀ ਵਾਸ ਗ੍ਰੇਟ ਗਾਇਰ ਅਮੀਨ। ਸੋ ਗੁਰੂ ਰੈਸਟ ਇਨ ਪੀਸ ਜੀ, ਆਰਆਈਪੀ ਜਿਹੜਾ ਹੈ ਇਹਦਾ ਮਤਲਬ ਹੈ ਰੈਸਟ ਇਨ ਪੀਸ ਜੀ। ਗੁਰ ਅਵਤਾਰ ਸਿੰਘ ਸਿੱਧੂ ਲਿਖਦੇ ਨੇ ਜਿੰਦੇ ਸੁੱਖੇ ਵਰਗੇ ਮਰਦ ਦਲੇਰਾਂ ਕਰਕੇ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਹੈ, ਪ੍ਰਣਾਮ ਸ਼ਹੀਦਾਂ ਨੂੰ। ਬਾਜ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ, ਭੁਪਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਡਾਕਟਰ ਸਾਹਿਬ ਜਿੰਦੇ ਸੁੱਖੇ ਦੀ ਮੁਖਬਰੀ ਕਿਸ ਨੇ ਕੀਤੀ ਸੀ? ਇਹ ਅਜੇ ਤੱਕ ਵੀ ਜ਼ਾਹਰ ਨਹੀਂ ਹੋਇਆ, ਲੇਕਿਨ ਫੜੇ ਮੁਖਬਰੀ ਤੇ ਹੀ ਗਿਆ ਸੀ ਜੀ। ਦਲਜੀਤ ਸਿੰਘ ਕਹਿੰਦੇ ਨੇ ਕਿ ਸੁੱਖਾ ਪਹਿਲਾਂ ਅਰੈਸਟ ਹੋ ਗਿਆ ਸੀ, ਜਿੰਦਾ ਔਰ ਬਾਵਾ ਸਤਨਾਮ ਸਿੰਘ ਬਾਵਾ, ਸੁੱਖਾ ਜਿਹੜਾ ਉਹ ਆਲਰੇਡੀ ਕਿਸੇ ਹੋਰ ਥਾਂ ਤੋਂ ਸੀ, ਜਿੰਦੇ ਹੋਰੀ ਦਿੱਲੀ ਚੋਂ ਫੜੇ ਗਏ ਜੀ। ਦਲਜੀਤ ਸਿੰਘ ਲਿਖਦੇ ਨੇ ਸਾਡੀ ਕੌਮ ਨੂੰ ਆਖਣਾ ਕਿ ਉਹ ਉਦਾਸ ਨਾ ਹੋਏ ਕਿਉਂਕਿ ਅਸੀਂ ਕਲਗੀਆਂ ਵਾਲੇ ਦੀ ਯਾਦ ਦਾ ਦਰਿਆ ਵਗਾ ਦਿੱਤਾ ਹੈ, ਅਸੀਂ ਸਿਦਕ ਦੀ ਅਨੋਖੀ ਕਿਸ਼ਤੀ ਵਿੱਚ ਸਵਾਰ ਹਾਂ ਜਿੱਥੇ ਸਮੁੰਦਰ ਦੀਆਂ ਲਹਿਰਾਂ ਸਾਨੂੰ ਡੋਬਣ ਤੋਂ ਅਸਮਰਥ ਹਨ। ਭਾਈ ਜਿੰਦਾ ਭਾਈ ਸੁੱਖਾ। ਵਾਹ ਵਾਹ, ਇਹ ਉਹਨਾਂ ਦਾ ਜੇਲ੍ਹ 'ਚੋਂ ਲਿਖਿਆ ਲੈਟਰ ਸੀ ਔਰ ਜਿਹੜਾ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਵੀ ਲੈਟਰ ਲਿਖਿਆ ਉਹ ਵੀ ਅੱਖਾਂ ਖੋਲ੍ਹਣ ਵਾਲਾ ਹੈ ਉਸ ਵੇਲੇ ਦੇ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੈਨ ਦਾ ਨੇਸ਼ਨਸ ਆਰ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਪਨੀ ਛੇੜ ਦਿੰਦੀਆਂ ਨੇ। ਜਸਵਿੰਦਰ ਸਿੰਘ ਜੱਸੀ ਜੀ ਸਾਨੂੰ ਲਿਖਦੇ ਨੇ ਗੁਰੂ ਸਾਹਿਬ ਟੀਵੀ 84 ਤੇ ਆਪਣਾ ਮੇਰ ਭਰਿਆ ਹੱਥ ਰੱਖਣ, ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦਾ ਰਹੇ ਗੁਰੂ ਮਹਾਰਾਜ, ਸਿਹਤ ਤੰਦਰੁਸਤੀ ਦੇਣ, ਖਾਲਸਾ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ, ਤੁਸੀਂ ਅੱਜ ਆਉਣਾ ਸੀ ਪਰ ਤੁਸੀਂ ਵੀ ਫਲੂ ਕਰਵਾਇਆ ਹੋਇਆ, ਜਰਾ ਚੰਗਾ ਜੂਸ ਜਾਸ ਪੀਓ, ਸੂਪ ਵੀ ਪੀਓ, ਮੈਂ ਨਹੀਂ ਕਹਿਣਾ ਕਾਹਦਾ। ਸ਼ਕੀਲ ਸਰਦਾਰ ਸਾਨੂੰ ਲਿਖਦੇ ਨੇ ਵੈਲ ਡਨ ਡਾਕਟਰ ਸਾਹਿਬ, ਐਂਡ ਐਸ ਸੁਰਿੰਦਰ ਜੀ ਸਾਨੂੰ ਲਿਖਦੇ ਨੇ ਜਨਾਬ ਸਲੀਮ ਅਹਿਮਦ ਮਲਿਕ ਸਾਹਿਬ ਵੀ ਉਹਨਾਂ ਬਹਾਦਰ ਆਵਾਜ਼ਾਂ ਵਿੱਚੋਂ ਇੱਕ ਸਨ ਜੋ ਸਮੇਂ ਦੇ ਹਾਨੀ ਸਨ, ਜਿੱਥੇ ਉਹਨਾਂ ਨੂੰ ਸਿੱਖ ਕੌਮ 'ਤੇ ਵਾਪਰਦੀ ਤਰਸਤੀ ਦੀ ਬਹੁਤ ਸਮਝ ਸੀ, ਉੱਥੇ ਹੀ ਉਹ ਕਸ਼ਮੀਰੀਆਂ ਦੀ ਆਜ਼ਾਦੀ ਦੀ ਗੱਲ ਮਹਿਸੂਸ ਕਰਦੇ ਸਨ। ਕਰਤਾਰਪੁਰ ਕੋਰੀਡੋਰ ਕਸ਼ਮੀਰੀਆਂ ਦੇ ਸਵੈ ਨਿਰਣੇ, ਭਾਰਤ ਪਾਕਿਸਤਾਨ ਤਣਾਅ 'ਤੇ ਉਹਨਾਂ ਨੇ TV84 ਦੀਆਂ ਪੈਨਲ ਡਿਸਕਸ਼ਨ ਵਿੱਚ ਬਹੁਤ ਜ਼ਬਰਦਸਤ ਦਲੀਲ ਤਰਕ ਨਾਲ ਵਿਚਾਰ ਪੇਸ਼ ਕੀਤੇ। ਉਹ ਆਪਣਾ ਪੱਖ ਬਹੁਤ ਬੇਖੌਫ ਦਲੀਲ ਤਰਕ ਨਾਲ ਪੇਸ਼ ਕਰਨਾ ਚਾਹੁੰਦੇ ਸਨ। ਉਹ ਦੁਨੀਆਂ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਗਹਿਰਾਈ ਨਾਲ ਮਹਿਸੂਸ ਕਰਦੇ ਸਨ। ਅਮਰੀਕਾ ਵਿੱਚ ਭਾਰਤ ਪਾਕਿਸਤਾਨ ਖਾਸ ਕਰ ਕਸ਼ਮੀਰੀ ਸਿੱਖ ਭਾਈਚਾਰੇ ਵਿੱਚ ਉਹਨਾਂ ਦੀ ਬਹੁਤ ਚੰਗੀ ਪਛਾਣ ਸੀ। ਉਹ ਅਮਰੀਕਾ ਵਿੱਚ ਸਿੱਖ ਕਸ਼ਮੀਰੀ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਰਹੇ। ਉਹ ਇਹਨਾਂ ਰੋਸ ਮੁਜ਼ਾਹਰਿਆਂ ਦੇ ਮੁੱਖ ਨਾਇਕ ਰਹੇ। ਹਮੇਸ਼ਾ ਕਿਸੇ ਨੇ ਨਹੀਂ ਰਹਿਣਾ, ਦੁਨੀਆਂ ਚਲੋ ਚਲੀ ਦਾ ਮੇਲਾ ਹੈ। ਸਮੇਂ ਦੀਆਂ ਬਹਾਦਰ ਆਵਾਜ਼ਾਂ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਹਨ। ਜਦੋਂ ਵੀ ਵਿਦੇਸ਼ ਵਿੱਚ ਆਬਾਦ ਬੇਖੌਫ ਹੱਕ ਸੱਚ ਲਈ ਲੜਨ ਵਾਲਿਆਂ ਦਾ ਜ਼ਿਕਰ ਹੋਵੇਗਾ, ਜਨਾਬ ਸਲੀਮ ਅਹਿਮਦ ਮਲਿਕ ਨੂੰ ਸਦਾ ਯਾਦ ਕੀਤਾ ਜਾਵੇਗਾ। ਸੁਰਿੰਦਰ ਜੀ, ਜੋ ਸ਼ਬਦ ਤੁਸੀਂ ਕਹੇ ਨੇ, ਤੁਸੀਂ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰ ਦਿੱਤਾ, ਸੱਚਮੁੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਇਹ ਆਵਾਜ਼ ਹਮੇਸ਼ਾ ਬੁਲੰਦ ਰਹੇਗੀ। ਤੁਸੀਂ ਕੰਟੀਨਿਊ ਕਰੋ, ਅਸੀਂ ਚੌਥਾ ਸੈਗਮੈਂਟ ਨਹੀਂ ਕਰਾਂਗੇ, ਇਹਦੇ 'ਚ ਅਸੀਂ ਅੱਜ ਦਾ ਵਿਚਾਰ ਕਰਾਂਗੇ ਜੀ। ਬਾਜ ਸਿੰਘ ਸਾਨੂੰ ਲਿਖਦੇ ਨੇ ਦੋਵੇਂ ਸ਼ਹੀਦ ਸਾਡਾ ਮਾਣ ਹਨ, ਇਹਨਾਂ
ਕੌਮ ਦੀ ਪੱਗ ਸਿਰ ਤੇ ਰੱਖੀ ਸਾਡੇ ਵੈਰੀ ਅਜੇ ਤੱਕ ਕੰਬਦੇ ਹਨ ਸ਼ਹੀਦ ਸਾਨੂੰ ਰਾਹ ਦਿਖਾ ਗਏ ਹਨ ਬਿਲਕੁਲ ਬਿਲਕੁਲ ਬਾਦਸ਼ਾਹ ਸਿੰਘ ਜੀ ਇਹੀ ਸਾਡਾ ਮਾਣ ਹੈ ਇਹਨੂੰ ਹੀ ਲੈ ਕੇ ਅਸੀਂ ਤੁਰੇ ਫਿਰਦੇ ਹਾਂ ਜੇ ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਭਾਈ ਜਿੰਦਾ ਸੁੱਖਾ ਇੰਦਰਾ ਗਾਂਧੀ ਜਨਰਲ ਵੈਦਿਆ ਨੂੰ ਨਾ ਸਜ਼ਾ ਯਾਫਤਾ ਕਰਦੇ ਭਾਵੇਂ ਦੋਵੇਂ ਕੋਹੜ ਨਾਲ ਮਰ ਜਾਂਦੇ ਅਸੀਂ ਫੇਥ ਵਾਲੇ ਲੋਕ ਕਹਿੰਦੇ ਜੀ ਦੇਖੋ ਰੱਬ ਨੇ ਸਜ਼ਾ ਦਿੱਤੀ ਹੈ ਪਰ ਇਹ ਬੜਾ ਜ਼ਰੂਰੀ ਸੀ ਸਿੱਖਾਂ ਦਾ ਇਤਿਹਾਸ 18ਵੀਂ ਸਦੀ ਤੋਂ 20ਵੀਂ ਸਦੀ ਤੋਂ ਵੀ ਅੱਗੇ ਤੋਰਨ ਦੇ ਲਈ ਕਿ ਸਿੱਖ ਕਦੇ ਵੀ ਉਹਨੂੰ ਮੁਆਫ ਨਹੀਂ ਕਰਦੇ ਜਿਹੜੇ ਕੈਰੀ ਅੱਖ ਦੇ ਨਾਲ ਸਾਡੇ ਗੁਰਧਾਮਾਂ ਦਰਬਾਰ ਸਾਹਿਬ ਅਕਾਲ ਤਖ਼ਤ ਔਰ ਸਿੱਖ ਕੌਮ ਦੀ ਗੈਰਤ ਨੂੰ ਚੈਲੰਜ ਕਰਦੇ ਨੇ ਸੋ ਇਹਨਾਂ ਨੇ ਸਾਡੇ ਸਿਰ 'ਤੇ ਪੱਗਾਂ ਜਿਹੜੀਆਂ ਸਜੀਆਂ ਹੋਈਆਂ ਨੇ ਇਹਨਾਂ 'ਚ ਫਖਰ ਹੀ ਇਹਨਾਂ ਸ਼ਹੀਦਾਂ ਦੀ ਬਦੌਲਤ ਹੈ ਇਹ ਕੇਸਰੀ ਰੰਗ ਜਿਹੜਾ ਇਹ ਸ਼ਹੀਦਾਂ ਦੇ ਡੁੱਲੇ ਖੂਨ ਦਾ ਰੰਗ ਹੈ ਔਰ ਇਹ ਉਸ ਅੱਗ ਨੂੰ ਜਿਹੜੀ ਬਲਦੀ ਅੱਗ ਹੈ ਸਾਡੇ ਸੀਨਿਆਂ 'ਚ ਇਨਸਾਫ਼ ਲੈਣ ਲਈ ਉਸ ਦੀ ਤਰਜਮਾਨੀ ਕਰਦਾ ਕੇਸਰੀ ਰੰਗ ਹੈ ਇਹ ਹਿੰਦੂਆਂ ਦਾ ਭਗਵਾ ਰੰਗ ਨਹੀਂ ਹੈ ਜਿਵੇਂ ਕਈਆਂ ਨੂੰ ਲੱਗਦਾ ਹੁੰਦਾ ਜੀ ਕਿਉਂ ਹੈ ਔਰ ਮੈਂ ਇਹ ਦੱਸਦਿਆਂ ਬਹੁਤਿਆਂ ਦੀ ਯਾਦ ਦਹਾਨੀ ਲਈ ਕਿ 84 ਤੋਂ ਬਾਅਦ ਇਸ ਰੰਗ ਦੇ ਉੱਤੇ ਪਾਬੰਦੀ ਸੀ ਔਰ ਘਰਾਂ 'ਚੋਂ ਫੜ ਫੜ ਕੇ ਕੱਢਿਆ ਜਾਂਦਾ ਸੀ ਕਿ ਜਿਨ੍ਹਾਂ ਦੇ ਘਰ 'ਚੋਂ ਵੀ ਇਸ ਰੰਗ ਦੀਆਂ ਦਸਤਾਰਾਂ ਮਿਲਦੀਆਂ ਸੀ ਜੀ ਸਫਦਾਰ ਅਲੀ ਜੀ ਸਾਨੂੰ ਲਿਖਦੇ ਨੇ ਨਾਈਸ ਦੁਆ ਫਰੋਮ ਸਿੱਖ ਟੀਵੀ 84 ਐਂਡ ਸ਼ੁਕਰੀਆ ਸਫਦਾਰ ਅਲੀ ਜੀ ਜੀ ਪਰਮਜੀਤ ਖਾਲਸਾ ਜੀ ਕਹਿੰਦੇ ਨੇ 2020 ਫਿਰ ਸਫਦਾਰ ਅਲੀ ਜੀ ਸਾਨੂੰ ਲਿਖਦੇ ਨੇ ਸਫਦਾਰ ਜੀ ਜੀ ਕਹਿੰਦੇ ਨੇ ਕਿ ਹੀ ਹੈਜ਼ ਗੁੱਡ ਕਮੈਂਡ ਔਨ ਪੰਜਾਬੀ ਕਮਿਊਨਿਟੀ ਹਾਂਜੀ ਨਹੀਂ ਉਹ ਬਹੁਤ ਸੋਹਣਾ ਉਰਦੂ ਵੀ ਅੰਗਰੇਜ਼ੀ ਵੀ ਪੰਜਾਬੀ ਵੀ ਬਹੁਤ ਖੂਬਸੂਰਤ ਉਹਨਾਂ ਦਾ ਜਿਹੜਾ ਉਹ ਡਿਲੀਵਰ ਕਰਨ ਦਾ ਅੰਦਾਜ਼ ਵੀ ਬਿਲਕੁਲ ਦਰਸ਼ਨ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਦੀਪਕ ਸ਼ਰਮਾ ਕਹਿੰਦੇ ਨੇ ਕਿ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ ਪਰਮਜੀਤ ਖਾਲਸਾ ਜੀ ਵਾਹਿਗੁਰੂ ਕਹਿੰਦੇ ਨੇ ਸ਼ੁਕਰੀਆ ਸ਼ਰਮਾ ਜੀ ਆਜ਼ਾਦੀ ਦੇ ਹਮਾਇਤੀ ਹੋ ਇਸ ਤਰ੍ਹਾਂ ਹੀ ਆਪਣੇ ਬਾਕੀ ਵੀਰਾਂ ਨੂੰ ਵੀ ਕੁਮਾਰਾਂ ਚੰਦਾਂ ਨੂੰ ਕਹੋ ਚੰਦਰਿਆਂ ਨੂੰ ਘੱਟੋ ਘੱਟ ਚੰਦਰਾਪਨ ਛੱਡਣ ਬਥੇਰਾ ਚੰਦਰਾ ਕਰ ਲਿਆ ਫਿਰ ਉਹਨਾਂ ਦਾ ਮੈਸੇਜ ਹੈ ਪਰਮਜੀਤ ਖਾਲਸਾ ਜੀ ਦਾ ਕਹਿੰਦੇ ਨੇ ਖਾਲਸਾ ਜਿੰਦਾਬਾਦ ਕੁਲਦੀਪ ਸਿੰਘ ਕਹਿੰਦੇ ਨੇ ਕਿ ਪ੍ਰਣਾਮ ਸ਼ਹੀਦਾਂ ਨੂੰ ਫਿਰ ਪਰਮਜੀਤ ਖਾਲਸਾ ਜੀ ਕਹਿੰਦੇ ਨੇ ਖਾਲਸਾ ਜਿੰਦਾਬਾਦ ਸਰਦਾਰ ਅਲੀ ਲਿਖਦੇ ਨੇ ਹੀ ਹੈਜ਼ ਲੋਟ ਆਫ ਕੰਟਰੀਬਿਊਸ਼ਨ ਟੁਵਾਰਡਸ ਸਾਊਥ ਏਸ਼ੀਆ ਕਮਿਊਨਿਟੀ ਐਸਪੈਸ਼ਲੀ ਸਿੱਖ ਐਂਡ ਮੁਸਲਿਮ ਕਮਿਊਨਿਟੀ ਸੋ ਸ਼ਕੀਲ ਸਰਦਾਰ ਜੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਥੋੜ੍ਹਾ ਆਪਣੇ ਲਾਈਫ ਦਾ ਟਾਈਮ ਚੇਂਜ ਕਰੋ ਤਾਂ ਕਿ ਤੁਹਾਨੂੰ ਜ਼ਿਆਦਾ ਲੋਕ ਸੁਣ ਸਕਣ ਸ਼ਕੀਲ ਸਾਹਿਬ ਜਿਹੜਾ ਅਸੀਂ ਇੱਥੋਂ ਕਰਦੇ ਹਾਂ ਨਿਊਯਾਰਕ ਇਹ ਪ੍ਰਾਈਮ ਆਵਰਸ ਕੰਸਿਡਰ ਹੁੰਦੇ ਨੇ 7:30 ਤੋਂ 9 ਔਰ ਇਹਨੂੰ ਤੁਸੀਂ ਅੱਗਾ ਪਿੱਛਾ ਵੀ ਘੰਟਾ ਕੁ ਕਰ ਲਓ ਲੇਕਿਨ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਏਗਾ ਸੋ ਅਸੀਂ ਇੱਥੋਂ ਦੇ ਮੁਤਾਬਕ ਪ੍ਰਾਈਮ ਟਾਈਮ ਕਰਦੇ ਹਾਂ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਯੂਟਿਊਬ 'ਤੇ ਫੌਰਨ ਅਪਲੋਡ ਹੋ ਜਾਏ ਤਾਂ ਕਿ ਬਾਕੀ ਆਪਣੀ ਕਨਵੀਨੀਅੰਸ ਦੇ ਨਾਲ ਦੇਖ ਸਕਣ ਸੋ ਇਸ ਲਈ ਇਹਦਾ ਅਸੀਂ ਇਹ ਟਾਈਮ ਸੋਚ ਸਮਝ ਕੇ ਹੀ ਰੱਖਿਆ ਸੀ ਜੀ ਉਹਨਾਂ ਦੇ ਹੋਰ ਮੈਸੇਜ ਨੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਟੀਵੀ 84 ਸੈਟੇਲਾਈਟ ਪੇ ਕਬ ਆਏਗਾ ਦੇਖੋ ਹੁਣ ਸੈਟੇਲਾਈਟ ਦਾ ਤਾਂ ਕੋਈ ਰੋਲ ਹੀ ਨਹੀਂ ਰਿਹਾ ਜਿਹੜੇ ਸੀ ਚੈਨਲ ਉਹ ਵੀ ਹਟ ਗਏ ਕਿਉਂਕਿ ਉਹ ਇੱਕ ਤਾਂ ਵਾਧੂ ਪੈਸੇ ਮੰਗਦੇ ਨੇ ਲੋਕਾਂ ਨੇ ਅੱਜ ਕੱਲ੍ਹ ਉਹ ਨਿੱਕੇ ਨਿੱਕੇ ਬਾਕਸ ਮਿਲ ਜਾਂਦਾ ਜਿਹਦੇ 600 ਚੈਨਲ ਹੁੰਦਾ ਸੈਟੇਲਾਈਟ ਵਾਲੇ $100 ਦਾ ਬਿੱਲ ਬਣਾਉਂਦੇ ਨੇ ਸੋ ਹੁਣ ਸਾਡੀ ਕੋਈ ਚਾਹਨਾ ਵੀ ਨਹੀਂ ਹੈ ਉਹਦੇ 'ਤੇ ਆਉਣ ਦੀ ਕਿਉਂਕਿ ਇਸ ਵੇਲੇ ਟੀਵੀ 84 ਦੀ ਵਿਊਰਸ਼ਿਪ ਓਵਰਆਲ ਹੀ ਲੱਖਾਂ ਦੇ ਵਿੱਚ ਹੈ ਔਰ ਕਿਉਂਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਕੋਈ ਸਬਸਕ੍ਰਿਪਸ਼ਨ ਨਹੀਂ ਹੈ tv84.tv ਲਾਈਵ ਹੈ ਔਰ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ ਸਾਰੇ ਪਾਸੇ ਫੇਸਬੁੱਕ ਵੀ ਹੈ ਯੂਟਿਊਬ ਵੀ ਹੈ ਸੋ ਸਾਡੀ ਹੁਣ ਹੈ ਨਹੀਂ ਚਾਹਨਾ ਵੀ ਨਹੀਂ ਇਹਦੇ 'ਤੇ ਲਿਆਉਣ ਫਿਰ ਉਹਨਾਂ ਦਾ ਮੈਸੇਜ ਆਇਆ ਕਿ ਡਾਕਟਰ ਸਾਹਿਬ 2020 ਪੂਰਾ ਜ਼ੋਰ
ਸੇ ਵਰਲਡ ਮੇ ਹਾਈਲਾਈਟ ਹੋ ਰਹਾ ਹੈ। ਫਿਰ ਉਹਨੇ ਕਿਹਾ ਖਾਲਸਾ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ। ਰਖਵਿੰਦਰ ਸਿੰਘ ਲੁਬਾਣਾ ਜੀ ਸਾਨੂੰ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੂਸਰੇ ਸੈਗਮੈਂਟ 'ਤੇ ਵੀ ਸਾਡੇ ਕੋਲ ਮੀਰ ਖਾਨ ਸ਼ੇਰਵਾਨੀ, ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਨੇ ਮੇਰੀ ਯਾਦਾਂ 'ਚ ਜਦੋਂ ਹਾਈ ਸਕੂਲ 'ਚ ਅਸੀਂ ਸੀ ਅਤੇ ਰੇਡੀਓ ਪੰਜਾਬੀ ਦਰਬਾਰ ਲਾਹੌਰ ਬੜਾ ਪਾਪੂਲਰ 25 ਮਿੰਟ ਦਾ 5:25 'ਤੇ ਹੁੰਦਾ ਸੀ, ਕਿਉਂਕਿ ਅੱਧੇ ਘੰਟੇ ਦਾ ਟਾਈਮ ਡਿਫਰੈਂਸ ਹੈ, 5:55 ਇੱਧਰ ਹੁੰਦੇ ਸੀ। ਔਰ ਉਹ ਬੀਬੀ ਜਿਹਨੇ ਖਬਰਾਂ ਪੜ੍ਹਨੀਆਂ ਅਤੇ ਉਹਨਾਂ ਨੇ ਜਦੋਂ ਇਹ ਕਹਿਣਾ ਕਿ ਖਬਰਾਂ ਮੁੱਕ ਗਈਆਂ ਅਤੇ ਉਦੋਂ ਅਸੀਂ ਕਹਿ ਆਹ ਹੈ ਪੰਜਾਬੀ, ਅਸੀਂ ਹੋਰ ਲਫ਼ਜ਼ ਵਰਤਦੇ। ਔਰ ਮੈਨੂੰ ਯਾਦ ਹੈ ਕਿ ਗਿਆਨੀ ਹਰੀ ਸਿੰਘ, ਜਿਹੜੇ ਇੱਕੋ ਇੱਕ ਸਿੱਖ ਪਾਕਿਸਤਾਨ 'ਚ 47 ਤੋਂ ਬਾਅਦ ਰਹੇ, ਜਿਨ੍ਹਾਂ ਨੇ ਡੇਰਾ ਸਾਹਿਬ ਲਾਹੌਰ ਔਰ ਦੂਜੀ ਸੇਵਾ ਕੀਤੀ, ਉਹਨਾਂ ਦਾ ਇੱਕ ਫੀਚਰ ਹੁੰਦਾ ਸੀ। ਨਰਿੰਦਰ ਸਿੰਘ ਭੁਲੇਰ ਇੱਕ ਲਿਖਾਰੀ ਹੋਏ ਨੇ ਪੰਜਾਬੀ ਦੇ, ਉਹਨਾਂ ਨੇ ਕਿਤਾਬ ਲਿਖੀ ਹੈ ਸਿੱਖਾਂ ਲਈ ਹਿੰਦੂ ਚੰਗੇ ਹਨ ਕਿ ਮੁਸਲਮਾਨ, ਇਹ ਬੜੀ ਪੁਰਾਣੀ ਕਿਤਾਬ ਹੈ। ਅਤੇ ਗਿਆਨੀ ਹਰੀ ਸਿੰਘ ਉਸ 'ਚੋਂ ਇੱਕ 5-7 ਮਿੰਟ ਦਾ ਉਹਨਾਂ ਦਾ ਉਸ ਦੇ ਉੱਤੇ ਜਿਹੜਾ ਉਹ ਕਾਮੈਂਟਰੀ ਹੁੰਦੀ ਸੀ ਉਸ ਕਿਤਾਬ 'ਚੋਂ। ਸੋ ਉਹਨਾਂ ਦੀ ਲਿਖਤ ਹੈ ਮੁਨੀਰ ਖਾਨ ਸ਼ੇਰਵਾਨੀ, ਉਹ ਇਹ ਕਹਿੰਦੇ ਨੇ ਮੈਂ ਤੁਹਾਡਾ ਪੱਕਾ ਵਿਊਅਰ ਹਾਂ ਅਤੇ ਰੇਡੀਓ ਪਾਕਿਸਤਾਨ ਲਾਹੌਰ ਤੋਂ ਸਿੱਖ ਕੌਮ ਲਈ ਪ੍ਰੋਗਰਾਮ ਪੰਜਾਬੀ ਦਰਬਾਰ ਵੀ ਕਰ ਰਿਹਾ ਹਾਂ ਅਤੇ ਪਖਦੇ ਮੁੱਦਿਆਂ ਬਾਰੇ ਗੱਲ ਵੀ ਕਰਦੇ ਹਾਂ ਅਤੇ ਤੁਹਾਡੇ ਜਜ਼ਬੇ ਤੋਂ ਪ੍ਰਭਾਵਿਤ ਵੀ ਹਾਂ, ਕਿਉਂਕਿ ਤੁਸੀਂ ਇੱਕ ਜੁਰਤ ਨਾਲ ਹੱਕ ਸੱਚ ਦੇ ਸਾਥ ਦੇ ਰਹੇ ਹੋ, ਅਸੀਂ ਤੁਹਾਡੇ ਇਸ ਜਜ਼ਬੇ ਦੀ ਦਾਤ ਦਿੰਦੇ। ਬਹੁਤ ਬਹੁਤ ਸ਼ੁਕਰੀਆ ਮੁਨੀਰ ਖਾਨ ਸ਼ੇਰਵਾਨੀ ਜੀ, ਰਾਦਰ ਅਸੀਂ ਤੁਹਾਨੂੰ ਜਿਹੜਾ ਐਪਰੀਸ਼ੀਏਟ ਕਰਦੇ ਹਾਂ, ਰਾਦਰ ਤੁਹਾਡੇ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਲਾਹੌਰ ਬੈਠ ਕੇ, ਔਰ ਇਹ ਪੰਜਾਬੀ ਦਰਬਾਰ ਲਾਹੌਰ ਹੁਣ ਤਾਂ ਇੱਥੇ ਨਹੀਂ ਕਦੇ ਸੁਣਨ ਦਾ ਮੌਕਾ ਬਣਿਆ, ਲੇਕਿਨ ਇਹ ਜੇ ਕਿਤੇ ਬਹੁਤ ਸੋਹਣੀ ਸਾਫ਼ ਸੁਥਰੀ ਠੇਠ ਪੰਜਾਬੀ ਸੁਣਨ ਦਾ ਚਾਅ ਹੁੰਦਾ ਸੀ ਤਾਂ ਅਸੀਂ ਪੁਰਾਣੇ ਰੇਡੀਓ ਸੈੱਟ ਉਹਨਾਂ ਦੇ ਦੁਆਲੇ ਬੈਠ ਜਾਂਦੇ ਸੀ, ਔਰ ਅੱਜ ਤੁਸੀਂ ਲਿਖਿਆ ਲਾਹੌਰ ਤੋਂ, ਬਹੁਤ ਬਹੁਤ ਸ਼ੁਕਰੀਆ। ਮੇਰੇ ਖਿਆਲ 'ਚ ਹੁਣ ਆਪਾਂ ਅੱਜ ਦਾ ਵਿਚਾਰ ਜੋ ਡਿਸਕਸ ਕਰ ਲਈ ਰਹਿੰਦੇ ਮੈਸੇਜ, ਮੇਰੇ ਖਿਆਲ ਆਪਾਂ ਕੱਲ੍ਹ ਡਿਸਕਸ ਕਰ ਸਕਦੇ ਹਾਂ। ਠੀਕ ਹੈ, ਕਾਫੀ ਲੰਬੇ ਵੀ ਨੇ ਤੇ ਮੈਸੇਜ ਨੇ ਸਿਕੰਦਰ ਮਹਿਮੂਦ ਜੀ ਦੇ ਵੀ, ਪਰ ਚਲੋ ਅਸੀਂ ਇਹਨਾਂ ਨੂੰ ਜਿਹੜਾ ਲਵਾਂਗੇ ਜੀ। ਜ਼ਾਹਰ ਹੈ ਜਿਹਨੂੰ ਤੁਸੀਂ ਰੂਹ ਦੀ ਖੁਰਾਕ ਕਹਿੰਦੇ ਹੋ ਜੀ, ਬਾਕੀ ਤਾਂ ਇਹ ਦਿਮਾਗ ਦੀਆਂ ਸ਼ੈਤਾਨੀਆਂ ਖਲਦ ਕੇ ਪਾਸ, ਅਲਾਮਾ ਇਕਬਾਲ ਦਾ ਹੈ ਕਿ ਵੀ ਦਿਮਾਗ ਦੇ ਕੋਲ ਤੇ ਲੌਜਿਕ ਹੈ, ਬਿਲਕੁਲ, ਤੇ ਜਿੱਥੇ ਲੌਜਿਕ ਮੁੱਕਦਾ ਤਰਕ ਮੁੱਕਦਾ ਉੱਥੋਂ ਫੇਥ ਦੀ ਦੁਨੀਆ ਸ਼ੁਰੂ ਹੁੰਦੀ ਹੈ। ਜਦੋਂ ਤੱਕ ਅਕਲ ਦੇ ਸਹਾਰੇ ਅਸੀਂ ਬੈਠਦੇ ਹਾਂ, ਠੀਕ ਹੈ ਅਕਲ ਜ਼ਰੂਰੀ ਹੈ, ਅਕਲ ਦੇ ਨਾਲ ਵੈਰ ਨਹੀਂ ਰੱਖਣਾ ਚਾਹੀਦਾ ਜਿਹੜਾ ਸਾਡੇ 'ਚ ਬਹੁਤ ਸਾਰੇ ਰੱਖਦੇ ਨੇ, ਕਿਉਂਕਿ ਦੁਨੀਆ 'ਚ ਜੀਣ ਦੇ ਲਈ, ਦੁਨੀਆ 'ਚ ਰੁਜ਼ਗਾਰ ਦੇ ਲਈ, ਦੁਨੀਆ 'ਚ ਸਰਵਾਈਵਲ ਦੇ ਲਈ ਅਕਲ ਦੇ ਜਿਹੜੇ ਨੇ ਦਾਅ ਪੇਚ ਉਹ ਕੰਮ ਆਉਂਦੇ ਨੇ। ਪਰ ਰੱਬ ਦੀ ਦੁਨੀਆ ਦੇ ਵਿੱਚ ਜਿੱਥੇ ਤੁਹਾਡਾ ਦਾਖਲਾ ਹੁੰਦਾ ਹੈ, ਉਸ ਦਾ ਪਹਿਲਾ ਜਿਹੜਾ ਉਹਦੀ ਫੀਸ ਹੈ ਉਹ ਫੇਥ ਹੈ, ਜਿਹਨੂੰ ਇਮਾਨ ਕਹਿੰਦੇ ਨੇ, ਫੇਥ ਕਹਿੰਦੇ ਨੇ, ਵਿਸ਼ਵਾਸ ਕਹਿੰਦੇ ਨੇ, ਆਸਥਾ ਕਹਿੰਦੇ ਨੇ, ਬਿਲੀਫ ਕਹਿੰਦੇ ਨੇ। ਅਮਰੀਕਨ ਜਿਹੜੇ ਨੇ ਇਹ ਰਿਲੀਜਨ ਸ਼ਬਦ ਨਹੀਂ ਯੂਜ਼ ਕਰਦੇ, ਇਹ ਫੇਥ ਕਹਿੰਦੇ ਨੇ, ਅਮਰੀਕਾ ਜਿਹਨੂੰ ਫੇਥ ਹੈ। ਔਰ ਜ਼ਾਹਰ ਹੈ ਕਿ ਇਹ ਫੇਥ ਹੀ ਉਹ ਹੈ ਬਸ, ਔਰ ਇਹੀ ਕਾਰਨ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜਿਹੜਾ ਜਿਹਦੇ 'ਚ 1430 ਉਹਨਾਂ ਨੂੰ ਅਸੀਂ ਅੰਗ ਕਹਿੰਦੇ ਹਾਂ ਪੇਜਿਸ, ਉਸ ਦੇ ਵਿੱਚ ਜਿਹੜਾ ਉਸਦੀ ਸ਼ੁਰੂਆਤ ਹੈ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਲਫ਼ਜ਼ ਜਿਹੜਾ ਉਹ ਇੱਕ ਓਅੰਕਾਰ,
ਇਸ ਤੋਂ ਸ਼ੁਰੂ ਹੁੰਦਾ। ਔਰ ਜੇ ਅਸੀਂ ਕਹਿਣਾ ਹੋਏ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਜੇ ਇੰਟਰਪ੍ਰੀਟੇਸ਼ਨ, ਉਹ ਇੱਕ ਓਂਕਾਰ ਦੇ ਇੰਟਰਪ੍ਰੀਟੇਸ਼ਨ ਹੀ ਹੈ ਕਿ ਉਹ ਇੱਕ ਵਾਹਿਦ ਰੱਬ ਹੈ, ਬਸ ਉਹਦਾ ਕੋਈ ਸ਼ਰੀਕ ਨਹੀਂ, ਉਹਦਾ ਕੋਈ ਦੁਸ਼ਮਣ ਨਹੀਂ, ਉਹਦਾ ਕੋਈ ਉਹ ਕਿਸੇ ਦਾ ਜਿਹੜਾ ਹੈ ਉਹ ਹਰ ਇੱਕ ਦੇ ਉੱਤੇ ਰਹਿਮ ਕਰਦਾ ਹੈ, ਕਰੀਮ ਹੈ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ, ਉਹ ਪਰਵਰਦਗਾਰ ਹੈ, ਕਰੀਮ ਹੈ, ਰਹੀਮ ਹੈ, ਉਹ ਪਿਆਰ ਕਰਨ ਵਾਲਾ ਹੈ, ਜਿੰਨੇ ਵੀ ਤੁਸੀਂ ਔਗਣ ਕਰੋ ਉਹ ਸਾਰੇ ਹੀ ਰੱਬ ਬਖਸ਼ਣਹਾਰ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ, ਕਿ ਵੀ ਜਿੰਨੇ ਪਾਣੀ ਦੇ ਕਤਰੇ ਨੇ ਸਮੁੰਦਰ ਦੇ ਵਿੱਚ, ਇੰਨੇ ਵੀ ਸਾਡੇ ਔਗਣ ਹੋਣ, ਇੰਨੇ ਵੀ ਸਾਡੇ ਗੁਨਾਹ ਹੋਣ, ਅਤੇ ਰੱਬ ਉਹਨਾਂ ਨੂੰ ਮਾਫ਼ ਕਰ ਦਿੰਦਾ। ਅੱਲਾਹ ਤਾਲਾ ਹੈ ਮਾਫ਼ ਕਰਨ ਵਾਲਾ, ਔਰ ਇਸੇ ਲਈ ਅਸੀਂ ਰੱਬ ਤੋਂ ਹਮੇਸ਼ਾ ਹੀ ਇਹ ਮੰਗਦੇ। ਔਰ ਅੱਜ ਵੀ ਜਦੋਂ ਸਲੀਮ ਮਲਿਕ ਸਾਹਿਬ ਦੇ ਯਾਦ ਦੇ ਵਿੱਚ ਕਿਹਾ ਜਾ ਰਿਹਾ ਸੀ, ਉਹਨਾਂ ਨੇ ਕਿਹਾ ਕਿ ਵੀ ਅੱਲਾਹ ਮਾਫ਼ ਕਰਨ ਵਾਲਾ, ਗੁਨਾਹ ਮਾਫ਼ ਕਰਨ ਵਾਲਾ, ਵੀ ਅਸੀਂ ਜਦੋਂ ਦੁਆ ਕਰਦੇ ਹਾਂ ਕਿਸੇ ਦੇ ਲਈ ਤਾਂ ਉਦੋਂ ਅਸੀਂ ਇਹੀ ਕਹਿਣਾ ਕਿ ਭਾਈ ਸਾ ਜੋ ਵੀ ਜ਼ਿੰਦਗੀ ਦੇ ਵਿੱਚ ਉਹਨੂੰ ਤੂੰ ਮਾਫ਼ ਕਰ ਦੇ। ਸੋ ਅੱਜ ਜਦੋਂ ਮੈਂ ਇਹ ਸ਼ਬਦ ਇਸ ਦੇ ਲਈ ਚੁਣਿਆ ਅੱਜ ਦੀ ਵਿਚਾਰ ਲਈ, ਰਾਗ ਆਸਾ ਘਰ ਛੇਵਾਂ ਮਹੱਲਾ ਪੰਜਵਾਂ, ਸੋ ਇਸ ਦਾ ਥੀਮ ਵੀ ਇਹੀ ਹੈ, ਜੋ ਤੁਧ ਭਾਵੈ ਸੋ ਪਰਵਾਨਾ, ਸੂਖ ਸਹਿਜ ਮਨ ਸੋਈ, ਕਰਨ ਕਾਰਨ ਸਮਰੱਥ ਅਪਾਰਾ, ਅਵਰ ਨਾਹੀਂ ਰੇ ਕੋਈ ਤੇਰੇ ਜਨ, ਰਸਕ ਰਸਕ ਗੁਣ ਗਾਵੈ, ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰੇ ਕਰਾਵੇ ਰਹਾਓ। ਜਿਵੇਂ ਰਹਾਓ ਦੀ ਤੁੱਕ ਸੈਂਟਰਲ ਆਈਡੀਆ ਹੁੰਦਾ, ਹੁਣ ਇਹਦੇ 'ਚ ਉਸ ਰੱਬ ਦੇ ਉੱਤੇ ਬਿਨਾਂ ਸ਼ੱਕ ਫੇਥ, ਇਸ ਦੀ ਗੱਲ ਤੇਰੇ ਜਨ ਰਸਕ ਰਸਕ ਗੁਣ ਗਾਵੇ, ਕਿ ਜਿਹੜੇ ਤੇਰੇ ਬੰਦੇ ਨੇ, ਜਿਹੜੇ ਤੇਰੇ ਜਨ ਬਣ ਜਾਂਦੇ ਨੇ, ਜਿਹੜੇ ਤੈਨੂੰ ਪਿਆਰ ਕਰਨ ਵਾਲੇ ਨੇ, ਉਹ ਜਦੋਂ ਤੇਰਾ ਜ਼ਿਕਰ ਵੀ ਕਰਦੇ ਨੇ, ਗੁਣ ਗਾਣ ਦਾ ਮਤਲਬ ਹੈ ਤੁਸੀਂ ਯਾਦ ਕਰਦੇ ਹੋ ਰੱਬ ਨੂੰ, ਅਤੇ ਇੱਕ ਰਸ ਦੇ ਵਿੱਚ ਕਰਦੇ ਹੋ, ਇੱਕ ਸਵਾਦ ਦੇ ਵਿੱਚ ਕਰਦੇ ਹੋ। ਅਦਰਵਾਈਜ਼ ਤਾਂ ਮੂੰਹ 'ਚੋਂ ਕੁਰਲੀ ਕਰਨ ਵਾਲੀ ਗੱਲ ਹੁੰਦੀ ਹੈ, ਜੇ ਤੁਹਾਡੇ ਅੰਦਰ ਨਾ ਲੰਘੇਗੀ ਕੋਈ ਚੀਜ਼, ਮੂੰਹ 'ਚ ਕੁਰਲੀ ਕਰ ਕਰਕੇ ਸੁੱਟੀ ਜਾਓ। ਇੱਕ ਪਾਸਾ ਉਹ ਹੈ ਜਿੱਥੇ ਅਸੀਂ ਸਿਰਫ ਇੱਕ ਰਸਮ ਦੇ ਤੌਰ 'ਤੇ ਪੜ੍ਹਦੇ ਹਾਂ, ਕੁਰਾਨ ਮਜ਼ੀਦ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਏ ਜਾਂ ਕੋਈ ਹੋਰ ਕਲਾਮ ਹੋਏ, ਇੱਕ ਇਹ ਹੈ ਵੀ ਇੱਕ ਇੱਕ ਲਫ਼ਜ਼ ਜਦੋਂ ਤੁਸੀਂ ਪੜ੍ਹਦੇ ਹੋ ਉਹ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੀਆਂ ਅੱਖਾਂ 'ਚੋਂ ਹੰਝੂ ਵਗਦੇ ਨੇ ਰੱਬ ਦੇ ਪਿਆਰ 'ਚ ਵੀ, ਜਿਹਨੂੰ ਬਾਬਾ ਫਰੀਦ ਨੇ ਫਰਮਾਇਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਜੇ ਤੁਹਾਡਾ ਮਨ ਔਰ ਮੂੰਹ ਇੱਕ ਤਰਜ਼ ਦੇ ਉੱਤੇ ਹੈ, ਤਾਂ ਫਿਰ ਤਾਂ ਉਸ ਮੁਹੱਬਤ ਦੇ ਵਿੱਚ ਤੁਸੀਂ ਲੇਟ ਲੇਟ ਕੇ, ਰੋ ਰੋ ਕੇ, ਵਿਰਾਗ ਕਰ ਕਰਕੇ, ਉੱਚੀ ਉੱਚੀ ਜਿਹੜਾ ਇਹ ਕਹੋਗੇ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਮੈਂ ਤੇਰੀ ਪਨਾਹ 'ਚ ਹੈ, ਹੁਣ ਮੈਂ ਕਿਤੇ ਨਹੀਂ ਜਾਣਾ। ਸੋ ਉਹ ਹੈ ਰਸ ਰਸ ਦੇ ਵਿੱਚ, ਤੇਰੇ ਜਨ ਰਸਕ ਰਸਕ ਗੁਣ ਗਾਵੇ, ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰੇ ਕਰਾਵੇ, ਕਿ ਇਹੀ ਕਿ ਭਾਈ ਮੇਰੀ ਕੋਈ ਸਿਆਣਪ ਨਹੀਂ ਹੈ, ਤੇਰਾ ਹੀ ਹੈ ਸਭ ਕੰਮ, ਹੈ ਜੋ ਤੂੰ ਕਰਵਾਉਂਦਾ ਉਹੀ ਮੈਂ ਕਰਦਾ, ਕਿਉਂ ਇਹ ਉਦੋਂ ਹੁੰਦਾ ਤੁਸੀਂ ਹੁਕਮੀ ਬੰਦੇ ਬਣ ਜਾਂਦੇ ਹੋ, ਹੁਕਮ ਦੇ ਵਿੱਚ ਆਉਂਦੇ ਹੋ। ਬਿਗਨਿੰਗ ਸੀ ਜੋ ਤੁਧ ਭਾਵੈ ਸੋ ਪਰਵਾਨਾ, ਸੂਖ ਸਹਿਜ ਮਨ ਸੋਈ, ਕਰਨ ਕਾਰਨ ਸਮਰੱਥ ਅਪਾਰਾ, ਅਵਰ ਨਾਹੀਂ ਰੇ ਕੋਈ, ਕਿ ਜੋ ਤੂੰ ਕਰਦੇ, ਜੋ ਤੇਰੇ ਭਾਣੇ 'ਚ ਵਾਪਰਦਾ ਉਹੀ ਸਾਨੂੰ ਕਬੂਲ ਹੈ, ਤੂੰ ਭੇਜੇ ਅਤੇ ਤੇਰੀ ਖੁਸ਼ੀ ਵਾਪਸ ਸੱਦ ਲੈ, ਤਾਂ
ਤੇਰੀ ਰਜ਼ਾ ਔਰ ਸੂਖ ਸਹਿਜ ਮਨ ਸੋਈ ਕਰਨ ਕਾਰਨ ਸਮਰੱਥ ਤੂੰ ਹੀ ਕਰਨ ਕਾਰਨ ਹਾਰ ਹੈ ਅਵਰ ਨਾਹੀਂ ਰੇ ਕੋਈ ਹੋਰ ਨਹੀਂ ਹੈ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸਹੀ ਜਨ ਪੂਰੇ ਸੁੱਖ ਨਿਧਾਨ ਹਰ ਗਾਇਆ ਕਿ ਤੇਰਾ ਨਾਂ ਅੰਮ੍ਰਿਤ ਵਾਂਗ ਜ਼ਿੰਦਗੀ ਦੇਣ ਵਾਲਾ ਹੈ ਔਰ ਇਹ ਸਤ ਸੰਗਤ ਦੇ ਵਿੱਚ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਮੇਰਾ ਇਹ ਫੇਥ ਤੇਰੇ ਨਾਂ ਦੇ ਉੱਤੇ ਨਾਮ ਦੇ ਰੰਗ ਦੇ ਵਿੱਚ ਹੋਰ ਵੀ ਜਿਹੜਾ ਹੈ ਉਹ ਪ੍ਰਬਲ ਹੋਇਆ ਤ੍ਰਿਪਤ ਅਗਾਏ ਸਹੀ ਜਨ ਪੂਰੇ ਜਦੋਂ ਹੇ ਵਾਹਿਗੁਰੂ ਤੇਰੀ ਰਹਿਮਤ ਹੁੰਦੀ ਹੈ ਅਗਾਏ ਹੁੰਦਾ ਰੱਜ ਜਾਣਾ ਤ੍ਰਿਪਤ ਹੋ ਜਾਣਾ ਜਿਹਨੂੰ ਕਹਿੰਦੇ ਬਸ ਮੈਂ ਤ੍ਰਿਪਤ ਹੈ ਹੁਣ ਮੈਨੂੰ ਕੋਈ ਭੁੱਖ ਨਹੀਂ ਹੈ ਸੁੱਖ ਨਿਧਾਨ ਹਰ ਗਾਇਆ ਜਦੋਂ ਉਸ ਵਾਹਿਗੁਰੂ ਨੂੰ ਜਿਹੜਾ ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ ਸੁੱਖਾਂ ਦਾ ਖਜ਼ਾਨਾ ਦੇਣ ਵਾਲੇ ਵਾਹਿਗੁਰੂ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਫਿਰ ਤ੍ਰਿਪਤ ਅਗਾਏ ਫਿਰ ਇੱਕ ਰੱਜ ਦੇ ਵਿੱਚ ਆ ਜਾਂਦੇ ਹਾਂ ਜਾ ਕੋ ਟੇਕ ਤੁਮਾਰੀ ਸਵਾਮੀ ਤਾਂ ਕੋ ਨਾ ਹੀ ਚਿੰਤਾ ਜਾਂ ਕੋ ਦਇਆ ਤੁਮਾਰੀ ਹੋਈ ਸੇ ਸਾ ਭਲੇ ਭਗਵੰਤਾ ਹੇ ਵਾਹਿਗੁਰੂ ਜਿਹਨੂੰ ਤੇਰਾ ਸਹਾਰਾ ਹੈ ਟੇਕ ਕਹਿੰਦੇ ਸੋਟੀ ਨੂੰ ਬੁਢਾਪੇ 'ਚ ਅਸੀਂ ਸੋਟੀ ਲੈ ਕੇ ਤੁਰਦੇ ਹਾਂ ਅਤੇ ਜੇ ਤੁਹਾਡੇ ਹਰ ਸਾਹ ਦੇ ਵਿੱਚ ਟੇਕ ਉਸ ਵਾਹਿਗੁਰੂ ਦੀ ਹੈ ਜਾਂ ਕੋ ਟੇਕ ਤੁਮਾਰੀ ਸਵਾਮੀ ਤਾਂ ਕੋ ਨਾ ਹੀ ਚਿੰਤਾ ਉਹਨੂੰ ਫਿਰ ਕੋਈ ਫਿਕਰ ਨਹੀਂ ਹੁੰਦਾ ਜਾਂ ਕੋ ਦਇਆ ਤੁਮਾਰੀ ਹੋਈ ਜਿਹਦੇ 'ਤੇ ਤੇਰਾ ਤੇਰੀ ਰਹਿਮਤ ਹੁੰਦੀ ਹੈ ਤੂੰ ਦਇਆ ਕਰਦੈ ਸੇ ਸਾਹ ਭਲੇ ਭਗਵੰਤਾ ਉਹ ਜਿਹੜੇ ਨੇ ਵੱਡੇ ਸ਼ਾਹ ਬਣ ਕੇ ਉਹ ਸਾਹ ਵੀ ਪ੍ਰਵਾਨ ਨੇ ਉਹ ਭਲੇ ਹੁੰਦੇ ਨੇ ਉਹ ਭਗਵੰਤ ਨਾਲ ਜੁੜੇ ਹੁੰਦੇ ਨੇ ਅਖੀਰ 'ਚ ਗੁਰੂ ਸਾਹਿਬ ਫਰਮਾਉਂਦੇ ਨੇ ਭਰਮ ਮੋਹ ਧਰੋਹ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਣ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇਆ ਕਿ ਜਦੋਂ ਦਾ ਮੈਂ ਤੇਰਾ ਦਰਸ਼ਨ ਪਾਇਆ ਹੇ ਵਾਹਿਗੁਰੂ ਹੇ ਅੱਲਾਹ ਤਾਲਾ ਤੇਰਾ ਮੈਂ ਦੀਦਾਰ ਕੀਤਾ ਅਤੇ ਉਸ ਦੀਦਾਰ ਦੇ ਜਲਵੇ ਦੇ ਸਾਹਮਣੇ ਭਰਮ ਮੋਹ ਧਰੋਹ ਸਭ ਨਿਕਸੇ ਮੇਰੇ ਮਨ 'ਚੋਂ ਸ਼ੱਕ ਵੀ ਦੌੜ ਗਿਆ ਮੇਰੇ ਮਨ 'ਚੋਂ ਦੁਨੀਆਦਾਰੀ ਦਾ ਮੋਹ ਵੀ ਦੌੜ ਗਿਆ ਅਤੇ ਕਿਸੇ ਨਾਲ ਮੈਂ ਹੁਣ ਕੀ ਧਰੋਹ ਕਮਾਉਣਾ ਧੋਖਾ ਕੀ ਕਰਨਾ ਇਹ ਵੀ ਸਾਰੇ ਦੌੜ ਗਏ ਨਿਕਸੇ ਨਿਕਲ ਗਏ ਮੇਰੇ ਅੰਦਰੋਂ ਨਿਕਲ ਗਏ ਜਬ ਕਾ ਜਦੋਂ ਤੇਰਾ ਦੀਦਾਰ ਹੋਇਆ ਵਰਤਣ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇਆ ਔਰ ਪੰਜਵੇਂ ਪਾਤਸ਼ਾਹ ਇਹ ਫਰਮਾਉਂਦੇ ਨੇ ਕਿ ਜਦੋਂ ਉਸ ਨਾਮ ਦਾ ਜੀਵਨ ਬਣਿਆ ਉਹ ਨਾਮ ਜੀਵਨ ਦੀ ਵਰਤੋਂ ਦੇ ਵਿੱਚ ਆਇਆ ਸੱਚ ਦਾ ਸਹਾਰਾ ਮਿਲਿਆ ਹਰ ਨਾਮੇ ਰੰਗ ਸਮਾਇਆ ਵਾਹਿਗੁਰੂ ਦੇ ਨਾਮ ਦੇ ਵਿੱਚ ਮੈਂ ਰੰਗਿਆ ਗਿਆ ਔਰ ਮੇਰਾ ਅੰਦਰ ਔਰ ਬਾਹਰ ਤੇਰੇ ਪਿਆਰ ਦੇ ਵਿੱਚ ਆਨੰਦ ਆਨੰਦ ਹੋ ਗਿਆ ਔਰ ਮੈਨੂੰ ਕਿਸੇ ਕਿਸਮ ਦਾ ਚਿੰਤਾ ਭਉ ਕਾੜਾ ਭਰਮ ਨਹੀਂ ਰਿਹਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਅਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵਿਊਰਸ ਕਰਨ ਨੇ ਇਜਾਜ਼ਤ ਵਿਊਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ 'ਤੇ sos@tv4.tv 'ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁੱਖ ਹੋਵਾਂਗੇ ਤਦ ਤੱਕ ਲਈ ਮੈਨੂੰ ਅਤੇ ਆਪਣੇ ਆਗਿਆ ਦਿਉ ਦੇਖਦੇ ਰਹੋ tv84 ਭੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ